ਹੁਣ ਸੁਣੋ ਸਟੂਡੀਓ 7 ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫਾਲੋ ਕਰੋ। ਤੁਸੀਂ ਸੁਣ ਰਹੇ ਹੋ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7। ਅੱਜ ਦੇ ਸਟੂਡੀਓ 7 ਵਿੱਚ ਗੁਲਜ਼ਾਰ ਸਿੰਘ ਸੰਧੂ ਹੋਰਾਂ ਦੀ ਲਿਖੀ ਕਹਾਣੀ ਨਿਤਾਣਿਆਂ ਦਾ ਤਾਣ ਤੁਸੀਂ ਸੁਣੋਗੇ ਰੁਪਿੰਦਰ ਕੌਰ ਸੰਧੂ ਹੋਰਾਂ ਦੀ ਆਵਾਜ਼ ਵਿੱਚ। ਉਸਦੀ ਉਮਰ ਥੋੜ੍ਹੀ ਸੀ, ਪਰ ਜਿਸ ਅਵਸਥਾ ਵਿੱਚ ਉਹ ਕਚਹਿਰੀਆਂ ਦੇ ਪਿੱਪਲ ਥੱਲੇ ਬੈਠੀ ਸੀ, ਉਸ ਤੋਂ ਆਪਣੀ ਉਮਰ ਨਾਲੋਂ 20 ਵਰੇ ਵੱਡੀ ਜਾਪਦੀ ਸੀ। ਅਸਲੋਂ 50, ਵੇਖਣ ਨੂੰ 70, ਵਿਰਦ ਨਿਤਾਣੀ। ਕਚਹਿਰੀਆਂ ਦਾ ਮਾਹੌਲ ਆਮ ਵਰਗਾ ਸੀ, ਆਪੋ ਧਾਪੀ ਵਾਲਾ। ਕਿਸੇ ਹੋਰ ਦਾ ਦੁੱਖ ਸੁਣਨ ਦੀ ਵੇਲ ਕਿਸੇ ਨੂੰ ਨਹੀਂ ਸੀ, ਹਰ ਕਿਸੇ ਦਾ ਦੁੱਖ ਆਪੋ ਆਪਣਾ ਸੀ। ਕਚਹਿਰੀਆਂ ਹੋਵੇ ਜਾਂ ਹਸਪਤਾਲ, ਇੱਥੇ ਦੁਖੀਏ ਹੀ ਤਾਂ ਆਉਂਦੇ ਨੇ ਜਾਂ ਦੁਖੀਆਂ ਦੀ ਸਾਰ ਲੈਣ ਵਾਲੇ। ਸੁਖੀਏ ਦਾ ਇੱਥੇ ਕੀ ਕੰਮ? ਸੁਖੀਏ ਹੋਣ ਵੀ ਤਾਂ ਦੁਖੀਆਂ ਨਾਲੋਂ ਬਥੇਰੇ ਲਾਚਾਰ ਦਿਖਦੇ ਨੇ, ਜਿਵੇਂ ਸਿਰ ਉੱਤੇ ਪਹਾੜ ਢਹਿ ਪਿਆ ਹੋਵੇ। ਉਹਨਾਂ ਨੂੰ ਇਹੀਓ ਡਰ ਲੱਗਿਆ ਰਹਿੰਦਾ ਕਿ ਫਸ ਨਾ ਜਾਣ, 5 ਮਿੰਟ ਲਈ ਆਇਆਂ ਨੂੰ 50 ਨਾ ਲੱਗ ਜਾਣ। ਦੇਰੀ ਹੋਣ ਨਾਲ ਕਿੰਨੇ ਪੁਆੜੇ ਪੈ ਸਕਦੇ ਨੇ, ਕੁਝ ਵੀ ਵਿਗੜ ਸਕਦਾ। ਉਹ ਥੜੇ ਉੱਤੇ ਸੁੰਗੜੀ ਬੈਠੀ ਸੀ, ਉਸਦਾ ਪੂਰਾ ਨਾਂ ਗੁਰਚਰਨ ਕੌਰ। ਉਸਨੂੰ ਸਾਰੇ ਬੀਬੀ ਚਰਨੋਂ ਕਹਿ ਕੇ ਬੁਲਾਉਂਦੇ ਸੀ, ਪਿੰਡ ਦੀ ਧੀ ਹੋਣ ਕਰਕੇ। ਪੂਰੇ 100 ਸਾਲ ਦੀ ਹੋ ਕੇ ਵੀ ਪਿੰਡ ਦੀ ਧੀ ਆਪਣੇ ਪੇਕੇ ਪਿੰਡ ਵਿੱਚ ਬੀਬੀ ਹੀ ਰਹਿੰਦੀ ਹੈ, ਬੇਬੇ ਨਹੀਂ ਬਣਦੀ ਕਦੀ। ਪੇਕੇ ਘਰ ਬਹਿਣਾ ਕਿੰਨਾ ਔਖਾ ਹੈ, 2 ਦਹਾਕੇ ਹੋ ਗਏ ਨੇ ਬੀਬੀ ਨੂੰ ਪੇਕੇ ਘਰ ਬੈਠਿਆਂ। ਪਤੀ ਸ਼ਰੀਕਾਂ ਨੇ ਕਤਲ ਕਰ ਦਿੱਤਾ ਸੀ, ਪੁੱਤਰ ਲਾਪਰਵਾਹ ਹੋ ਗਿਆ, ਕੁਝ ਪਿਓ ਦਾ ਸਾਇਆ ਸਿਰ ਤੋਂ ਹਟ ਜਾਣ ਕਾਰਨ ਅਤੇ ਕੁਝ ਨਾਨਕਿਆਂ ਦੇ ਲਾਡ ਪਿਆਰ ਸਦਕਾ। ਪਤੀ ਦੀ ਥੁੜਤਾ ਬੀਬੀ ਚਰਨੋਂ ਨੇ ਸਹਿ ਲਈ ਸੀ, ਪਰ ਪੁੱਤਰ ਦੀ ਨਲਾਇਕੀ ਸਹਿਣੀ ਬਹੁਤ ਔਖੀ ਸੀ। ਮਾਂ ਲਈ ਤਾਂ ਉਹੀਓ ਪੁੱਤਰ ਲਾਇਕ ਹੁੰਦਾ ਜਿਹੜਾ ਪੜ੍ਹਾਈ ਵੱਲ ਪੂਰਾ ਧਿਆਨ ਦੇਵੇ, ਜਿਸਨੂੰ ਆਪਣੇ ਭਵਿੱਖ ਦੀ ਚਿੰਤਾ ਹੋਵੇ, ਜਿਹੜਾ ਵੱਡਾ ਆਦਮੀ ਬਣ ਕੇ ਮਾਂ ਦਾ ਨਾਂ ਰੌਸ਼ਨ ਕਰੇ। ਹੁਣ ਬੀਬੀ ਚਰਨੋਂ ਪੁੱਤਰ ਲਈ ਕਚਹਿਰੀਆਂ ਦੇ ਥੜੇ ਉੱਤੇ ਬੈਠੀ ਸੀ, ਕਿਸੇ ਉਡੀਕ ਵਿੱਚ, ਕਿਸੇ ਚੰਗੀ ਘੜੀ ਦੀ ਆਸ ਵਿੱਚ। ਕਚਹਿਰੀਆਂ ਵਿੱਚ ਗਹਿਮਾ ਗਹਿਮ ਸੀ, ਭੀੜ ਭੜੱਕਾ ਸੀ, ਕਾਲੀ ਤੁਰਨ ਵਾਲਿਆਂ ਦੀ ਪੈਰ ਚਾਪ ਸੀ, ਟਾਈਪ ਦੀਆਂ ਮਸ਼ੀਨਾਂ ਦੀ ਟਿਕ ਟਿਕ ਸੀ। ਪੁਲਿਸ ਦੀ ਵਰਦੀ ਵਾਲੇ ਵੀ ਸਨ ਅਤੇ ਕਾਲੇ ਕੋਟ ਵਾਲੇ ਵੀ। ਪਿੱਪਲ ਥੱਲੇ ਛਾਂ ਹੋਣ ਕਾਰਨ ਬੀਬੀ ਚਰਨੋਂ ਵਾਲੀ ਥਾਂ ਹੋਰ ਕੋਈ ਨਹੀਂ ਸੀ ਬੈਠਾ, ਬਹੁਤੇ ਲੋਕ ਬਾਹਰ ਧੁੱਪ ਵਿੱਚ ਬੈਠੇ ਸੀ, ਰਸਦ ਪਾਣੀ ਨਾਲ ਲੈ ਕੇ। ਪਤਾ ਨਹੀਂ ਕਿੰਨੀ ਕੁ ਦੇਰ ਲੱਗ ਜਾਵੇ। ਬੀਬੀ ਚਰਨੋਂ ਦੇ ਦਿਮਾਗ ਵਿੱਚ ਪਿੱਪਲ ਦੇ ਜਾਨਵਰਾਂ ਦੀ ਕੁਤਰ ਕੁਤਰ ਹੋ ਰਹੀ ਸੀ ਅਤੇ ਸਿਰ ਉੱਤੇ ਟਾਈਪ ਦੀਆਂ ਮਸ਼ੀਨਾਂ ਦੇ ਬਦਾਨ ਵੱਜ ਰਹੇ ਸਨ। ਜਾਨਵਰ ਅਤੇ ਮਸ਼ੀਨਾਂ ਭਾਂਤ ਭਾਂਤ ਦੀਆਂ ਆਵਾਜ਼ਾਂ ਪੈਦਾ ਕਰ ਰਹੇ ਸੀ। ਬੀਬੀ ਚਰਨੋਂ ਲਈ ਠੰਡੇ ਥੜੇ ਤੋਂ ਬਿਨਾਂ ਢੋਈ ਕੋਈ ਵੀ ਨਹੀਂ ਸੀ। ਪੁਲਿਸ ਵਾਲੇ ਵੀ ਉਹਨਾਂ ਦੇ ਪਿੱਛੇ ਪਿੱਛੇ ਆ ਜਾਂਦੇ ਸਨ, ਚੁਣੇ ਗਏ ਪਰਿਵਾਰ ਨੂੰ ਸ਼ਹਿ ਦੇਣ ਦਾ ਦੋਸ਼ ਦੇ ਕੇ ਅੱਤਵਾਦੀਆਂ ਨਾਲ ਮੇਲਜੋਲ ਦਾ ਖੌਫ ਪੈਦਾ ਕਰਕੇ ਉਸੇ ਤਰ੍ਹਾਂ ਅਗਰਾਹੀ ਕਰਕੇ ਤੁਰ ਜਾਂਦੇ ਸਨ। ਪੈਸੇ ਨਹੀਂ ਸਨ ਮਿਲਦੇ ਤਾਂ ਘਰ ਦੇ ਨੌਜਵਾਨਾਂ ਨੂੰ ਫੜ ਕੇ ਲੈ ਜਾਂਦੇ ਸੀ, ਕਹਿੰਦੇ ਸਨ ਬੜਾ ਖਤਰਨਾਕ ਸਮਾਂ ਹੈ, ਇਸ ਨੂੰ ਹਵਾਲਾਤ ਵਿੱਚ ਬੰਦ ਰੱਖਣਾ ਹੀ ਠੀਕ ਹੈ। ਕੇਸ ਦਾ ਕੀ ਹੈ, ਕੇਸ ਤਾਂ ਕੋਈ ਵੀ ਪਾਇਆ ਜਾ ਸਕਦਾ ਸੀ। ਭਾਰਤੀ ਦੰਡ ਧਾਰਾ ਵਿੱਚ ਕਿੰਨਾ ਕੁਝ ਦਰਜ ਸੀ, ਕਿਸੇ ਵੀ ਧਾਰਾ ਦੀ ਸਹਾਇਤਾ ਲਈ ਜਾ ਸਕਦੀ ਸੀ। ਨੌਜਵਾਨ ਅਤੇ ਉਸਦੇ ਮਾਪੇ ਕਿਹੜੇ ਰਾਹ ਭੱਜ ਸਕਦੇ ਸਨ? ਬੀਬੀ ਚਰਨੋਂ ਦਾ ਪੁੱਤਰ ਹਵਾਲਾਤ ਵਿੱਚ ਬੰਦ ਸੀ। ਹਵਾਲਾਤ ਤੋਂ ਮਿਲ ਰਹੀਆਂ ਖਬਰਾਂ ਅਨੁਸਾਰ ਉਸਨੂੰ ਬੜੇ ਤਸੀਹੇ ਦਿੱਤੇ ਜਾ ਰਹੇ ਸੀ। ਪਹਿਲੇ ਦਿਨ ਹੀ ਥਪੇੜਿਆਂ ਕਾਰਨ ਉਸਦੀ ਪੱਗ ਟੱਟ ਗਈ ਸੀ, ਸਿਰ ਦੇ ਵਾਲ ਖੁੱਲ੍ਹ ਗਏ ਸਨ, ਸੱਜੀ ਅੱਖ ਦੇ ਬਾਹਰਲੇ ਕੋਏ ਵਿੱਚ ਖੂਨ ਨਿਕਲ ਆਇਆ ਸੀ। ਹੁਣ ਤਾਂ ਉਸਦੀ ਹਾਲਤ ਇਹ ਸੀ ਕਿ ਉਹ ਸਿੱਧਾ ਖਲੋ ਨਹੀਂ ਸੀ ਸਕਦਾ। ਜਿਸ ਕਿਸੇ ਨੇ ਉਸਨੂੰ ਦੇਖਿਆ ਸੀ, ਲੱਤਾਂ ਚੌੜੀਆਂ ਕਰਕੇ ਖਲੋਤਾ ਵੀ ਨਹੀਂ ਸੀ ਜਾ ਰਿਹਾ। ਬੀਬੀ ਚਰਨੋਂ ਲਈ ਇਹ ਸਭ ਕੁਝ ਸੁਣਨਾ ਅਤੇ ਸਹਿਣਾ ਕਿੰਨਾ ਮੁਸ਼ਕਿਲ ਸੀ। ਪੁੱਤਰ ਦੇ ਵਾਲ ਉਸਨੇ ਕਿਵੇਂ ਦਹੀਂ ਨਾਲ ਨੁਹਾ ਕੇ ਵੱਡੇ ਕੀਤੇ ਸੀ, ਰੀਠਿਆਂ ਦੇ ਪਾਣੀ ਵਿੱਚ ਹੰਘਾਲੇ ਸਨ। ਪੇਕੀ ਰਹਿ ਕੇ ਪੁੱਤਰ ਪਾਲਣਾ ਕਿੰਨਾ ਔਖਾ ਹੁੰਦਾ ਹੈ। ਉਸਨੇ ਸਭ ਕੁਝ ਕੀਤਾ ਸੀ, ਭਰਾਵਾਂ ਦੇ ਬੱਚਿਆਂ ਦੇ ਤਾਨੇ ਸੁਣੇ ਸਨ। ਇਹ ਵੀ ਚੰਗੀ ਗੱਲ ਸੀ ਕਿ ਬੀਬੀ ਚਰਨੋਂ ਦੀ ਮਾਂ ਜਿਉਂਦੀ ਸੀ, ਜਿਹੜੇ ਕਾੜਨੇ ਵਿੱਚੋਂ ਦੁੱਧ ਮਲਾਈ ਕੱਢ ਕੇ ਆਪਣੇ ਦੋਤਰੇ ਨੂੰ ਖਿਲਾਉਂਦੀ ਰਹਿੰਦੀ ਸੀ। ਤਦੇ ਤਾਂ ਇੰਨਾ ਜਵਾਨ ਹੋ ਗਿਆ ਸੀ ਉਹ। ਜਵਾਨ ਨਾ ਹੁੰਦਾ ਤਾਂ ਪੁਲਿਸ ਦੀ ਮਾਰ ਕਿੱਥੋਂ ਬਰਦਾਸ਼ਤ ਕਰ ਸਕਦਾ ਸੀ। 6 ਮਹੀਨੇ ਤੋਂ ਉੱਤੇ ਹੋ ਗਏ ਸਨ ਬੰਦ ਕੀਤਿਆਂ ਨੂੰ। ਬੀਬੀ ਚਰਨੋਂ ਨੂੰ ਕਿਸੇ ਪਾਸਿਓਂ ਕੋਈ ਸੂਹ ਨਹੀਂ ਸੀ ਮਿਲ ਰਹੀ, ਬੈਠੀ ਉਡੀਕੀ ਜਾ ਰਹੀ ਸੀ। ਉਡੀਕ ਨਾਲ ਉਸਦੇ ਚਿਹਰੇ ਦਾ ਬੁਢਾਪਾ ਵੱਧਦਾ ਜਾ ਰਿਹਾ ਸੀ।
ਸਵੇਰ ਵੇਲੇ ਉਸਦੇ ਚਿਹਰੇ ਉੱਤੇ ਉਤਸ਼ਾਹ ਦੀ ਰੌਣਕ ਸੀ। ਦੁਪਹਿਰ ਤੱਕ ਇਹ ਰੌਣਕ ਉਦਾਸੀ ਵਿੱਚ ਬਦਲ ਗਈ। ਲੋਡੇ ਵੇਲੇ ਤੱਕ ਇਹ ਸਭ ਕੁਝ ਬੁਢਾਪੇ ਵਿੱਚ ਬਦਲ ਚੁੱਕਾ ਸੀ। 50 ਤੋਂ 70 ਦੀ ਹੋ ਚੁੱਕੀ ਸੀ। ਹੁਣ ਪਿੱਪਲ ਥੱਲੇ ਬੈਠੀ ਥੱਕ ਗਈ ਸੀ। ਕਦੇ ਬੈਠ ਜਾਂਦੀ, ਕਦੀ ਉੱਠ ਖਲੋਂਦੀ। ਆਸ ਦੀ ਕਿਧਰੇ ਕੋਈ ਕਿਰਨ ਦਿਖਾਈ ਨਹੀਂ ਸੀ ਦਿੰਦੀ। ਇੱਕ ਜਾਣੂ ਸਿਪਾਹੀ ਨੇ ਉਸਦੀ ਸਹਾਇਤਾ ਕਰਨੀ ਸੀ, ਉਹ ਕਿਧਰੇ ਨਜ਼ਰ ਨਹੀਂ ਸੀ ਆ ਰਿਹਾ। ਸਰਕਾਰੀ ਜ਼ਬਰ ਦਾ ਭੈ ਇੰਨਾ ਸੀ ਕਿ ਪਿੰਡ ਤੋਂ ਹੋਰ ਕੋਈ ਵੀ ਨਾਲ ਨਹੀਂ ਸੀ ਤੁਰਿਆ। ਜੇ ਕਿਸੇ ਨੇ ਥੋੜ੍ਹੀ ਬਹੁਤ ਪੇਸ਼ਕਸ਼ ਕੀਤੀ ਸੀ ਤਾਂ ਬੀਬੀ ਚਰਨੋਂ ਦੇ ਇੱਕ ਵਾਰੀ ਵਰਜਣ ਨਾਲ ਪਿਛਾਂਹ ਹਟ ਗਿਆ ਸੀ। ਉਸਦਾ ਪੁੱਤਰ ਤਾਂ ਬੰਨਿਆ ਗਿਆ ਸੀ, ਕਿਸੇ ਹੋਰ ਨੂੰ ਕਿਉਂ ਬਣਾਉਂਦੀ? ਪੁੱਤਰ ਸਭ ਨੂੰ ਪਿਆਰੇ ਹੁੰਦੇ ਨੇ। ਘਰ ਬੈਠੀ ਉਹ ਅੱਤਵਾਦੀਆਂ ਅਤੇ ਪੁਲਿਸ ਦੇ ਅੱਤਿਆਚਾਰ ਬਾਰੇ ਭਾਂਤ ਭਾਂਤ ਦੇ ਕਿੱਸੇ ਸੁਣਦੀ ਰਹਿੰਦੀ ਸੀ। ਕੋਈ ਕਹਿੰਦਾ ਸੀ ਅੱਤਵਾਦੀਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ, ਕੋਈ ਕਹਿੰਦਾ ਸੀ ਇਹ ਖੂਨ ਪੁਲਿਸ ਦੇ ਮੂੰਹ ਨੂੰ ਲੱਗਾ ਹੋਇਆ, ਕੋਈ ਕਹਿੰਦਾ ਸੀ ਕਿ ਖੂਨ ਦੀ ਹੋਲੀ ਪਾਕਿਸਤਾਨ ਖਿਲਾ ਰਿਹਾ ਹੈ, ਅਤੇ ਕੋਈ ਕਹਿੰਦਾ ਸੀ ਇਹ ਕੰਮ ਕੇਂਦਰ ਦੀ ਸਰਕਾਰ ਕਰਵਾ ਰਹੀ ਹੈ। ਦੋਸ਼ੀ ਕੋਈ ਵੀ ਹੋਵੇ, ਦੋ ਫਿਰਕਿਆਂ ਵਿੱਚ ਪਾੜਾ ਵੱਧ ਚੁੱਕਾ ਸੀ। ਕੋਈ ਦੁਖਦਾਈ ਘਟਨਾ ਹੁੰਦੀ ਤਾਂ ਦੁੱਖ ਸਭ ਨੂੰ ਹੁੰਦਾ, ਪਰ ਹਮਦਰਦੀ ਕੇਵਲ ਆਪਣੇ ਫਿਰਕੇ ਨਾਲ ਹੁੰਦੀ। ਕਤਲ ਹੁੰਦਾ ਤਾਂ ਇੱਕ ਫਿਰਕਾ ਮਰਨ ਵਾਲੇ ਨੂੰ ਕਾਫਰ ਕਹਿੰਦਾ ਅਤੇ ਦੂਜਾ ਸ਼ਹੀਦ। ਸ਼ਹੀਦੀਆਂ ਦਾ ਬਹੁਤ ਰੌਲਾ ਸੀ। ਜਿਉਂ ਜਿਉਂ ਮੁਲਾਕਾਤ ਕਰਾਉਣ ਵਾਲੇ ਨੂੰ ਦੇਰੀ ਹੋ ਰਹੀ ਸੀ, ਬੀਬੀ ਚਰਨੋਂ ਦੀ ਚਿੰਤਾ ਵੱਧਦੀ ਜਾ ਰਹੀ ਸੀ। ਉਸਨੇ ਝੂਠੇ ਅਤੇ ਸੱਚੇ ਪੁਲਿਸ ਮੁਕਾਬਲਿਆਂ ਦੀਆਂ ਵਾਰਦਾਤਾਂ ਅਨੇਕਾਂ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਤੋਂ ਸੁਣੀਆਂ ਸੀ। ਕਿਧਰੇ ਉਸਦਾ ਸ਼ੇਰਾ ਵੀ ਇਸੇ ਤਰ੍ਹਾਂ ਦੇ ਪੁਲਿਸ ਮੁਕਾਬਲੇ ਦਾ ਸ਼ਿਕਾਰ ਨਾ ਹੋ ਗਿਆ ਹੋਵੇ। ਅੱਜ ਦੀ ਮੁਲਾਕਾਤ ਕਰਾਉਣ ਵਾਲਾ ਮੁੰਡਾ ਉਸਦੇ ਪੁੱਤਰ ਸ਼ੇਰੇ ਦਾ ਨਿੱਘਾ ਦੋਸਤ ਸੀ, ਪਰ ਜਦੋਂ ਦਾ ਸ਼ੇਰਾ ਬੰਦ ਹੋਇਆ ਸੀ ਉਸਨੇ ਮੂੰਹ ਨਹੀਂ ਸੀ ਦਿਖਾਇਆ। ਉਹ ਆਪਣੇ ਸ਼ੇਰੇ ਬਾਰੇ ਭੈੜੀਆਂ ਭੈੜੀਆਂ ਗੱਲਾਂ ਸੋਚਣ ਲੱਗ ਪਈ। ਜਿੱਥੇ ਪੁਲਿਸ ਦੇ ਕੁਝ ਕਰਮਚਾਰੀ ਇੱਕ ਜੀਪ ਵਿੱਚ ਕਿਸੇ ਨੌਜਵਾਨ ਨੂੰ ਬਿਠਾ ਕੇ ਦੂਰ ਝਿੜੀ ਵਾਲੇ ਖੇਤਾਂ ਵੱਲ ਲੈ ਜਾਂਦੇ ਸਨ, ਉਸ ਤੋਂ ਪਿੱਛੇ ਅੱਧੇ ਕੁ ਘੰਟੇ ਲਈ ਚੁੱਪ ਵਰਤ ਜਾਂਦੀ ਹੈ ਅਤੇ ਫਿਰ ਬੰਦੂਕ ਦੀਆਂ ਗੋਲੀਆਂ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਪਲਾਂ ਸ਼ਿਨਾਂ ਦੇ ਥੋੜ੍ਹੇ ਜਿਹੇ ਵਕਫੇ ਪਿੱਛੋਂ ਇਹ ਆਵਾਜ਼ ਬੰਦ ਹੋ ਜਾਂਦੀ ਹੈ। ਗੋਲੀਆਂ ਦੀ ਆਵਾਜ਼ ਬਾਰੇ ਸੋਚ ਕੇ ਬੀਬੀ ਚਰਨੋਂ ਇਸ ਤਰ੍ਹਾਂ ਸੰਭਲ ਜਾਂਦੀ ਹੈ ਜਿਵੇਂ ਕੋਈ ਚੰਦਰਾ ਸੁਪਨਾ ਵੇਖ ਕੇ ਸੰਭਲਦਾ। ਇਹੋ ਜਿਹੀ ਤਾਂ ਕੋਈ ਵਾਰਦਾਤ ਨਹੀਂ ਸੀ ਹੋਈ, ਇਹ ਤਾਂ ਕੇਵਲ ਉਸਦੇ ਮਨ ਦਾ ਵਹਿਮ ਸੀ। ਕੀ ਵੇਖਦੀ ਹੈ ਬੀਬੀ ਚਰਨੋਂ ਦੇ ਸਾਹਮਣੇ ਇੱਕ ਬੰਦਾ ਖੜਾ ਜਿਸਨੇ ਪੁਲਿਸ ਦੀ ਵਰਦੀ ਪਹਿਨੀ ਹੋਈ ਹੈ, ਮੋਢੇ 'ਤੇ ਰਾਈਫਲ ਹੈ। ਬੀਬੀ ਹਾਲੇ ਵੀ ਸੁਪਨ ਅਵਸਥਾ ਵਿੱਚ ਹੈ। ਵਰਦੀ ਵਾਲਾ ਬੰਦਾ ਝੁੱਕ ਕੇ ਬੀਬੀ ਨੂੰ ਮੱਥਾ ਟੇਕਦਾ। ਬੀਬੀ ਦਾ ਹੱਥ ਆਪ ਮੁਹਾਰੇ ਉਸਦੇ ਸਿਰ ਵੱਲ ਜਾਂਦਾ ਹੈ। ਉਹ ਸਿਰ 'ਤੇ ਹੱਥ ਫੇਰਦੀ ਉਸਨੂੰ ਗੌਹ ਨਾਲ ਵੇਖਦੀ ਹੈ। ਇਹ ਤਾਂ ਉਹੀ ਸਫਾਈ ਹੈ ਜਿਸਨੇ ਬੀਬੀ ਚਰਨੋਂ ਦੀ ਉਹਦੇ ਪੁੱਤਰ ਨਾਲ ਮੁਲਾਕਾਤ ਕਰਾਉਣੀ ਸੀ। ਵਰਦੀ ਵਾਲਾ ਸਿਪਾਹੀ ਪੂਰੇ 6 ਮਹੀਨੇ ਤੋਂ ਬੀਬੀ ਨੂੰ ਨਹੀਂ ਸੀ ਮਿਲਿਆ। ਜਿਸ ਦਿਨ ਦਾ ਉਸਦਾ ਸ਼ੇਰਾ ਬੰਦ ਹੋਇਆ ਸੀ ਉਹ ਬੀਬੀ ਦੇ ਘਰ ਨਹੀਂ ਸੀ ਵੜਿਆ। ਵੇ ਕੋੜਿਆ, ਸ਼ੇਰਾ ਕੀ ਬੰਦ ਹੋਇਆ? ਤੂੰ ਤਾਂ ਮੂੰਹ ਮੱਥਾ ਲੱਗਣੋਂ ਹੀ ਹਟ ਗਿਆ। ਸ਼ੇਰੇ ਦੇ ਦੁੱਖ ਨੇ ਮੈਨੂੰ ਅੰਦਰੋਂ ਤੋੜ ਛੱਡਿਆ, ਮੈਥੋਂ ਬੋਲਿਆ ਵੀ ਨਹੀਂ ਜਾਂਦਾ। ਤੇਰੇ ਉੱਤੇ ਗੁੱਸਾ ਕੱਢਣ ਜੋਗੀ ਵੀ ਸੱਤਾ ਨਹੀਂ ਮੇਰੇ 'ਚ। ਉਹ ਸਾਹਮਣੇ ਖੜ੍ਹੇ ਸਫਾਈ 'ਤੇ ਵਰ ਪਈ। ਵਰਦੀ ਵਾਲਾ ਸਿਪਾਹੀ ਉਸਨੂੰ ਆਪਣਾ ਹੁੰਦਾ ਹੋਇਆ ਵੀ ਆਪਣਾ ਨਹੀਂ ਸੀ ਲੱਗ ਰਿਹਾ। ਉਸਨੂੰ ਹਰ ਵਰਦੀ ਵਾਲੇ ਨਾਲ ਨਫ਼ਰਤ ਹੋ ਚੁੱਕੀ ਸੀ। ਬੀਬੀ ਹੌਸਲਾ ਕਰ, ਢੇਰੀ ਕਿਉਂ ਢਾਈ ਬੈਠੀ ਹੈ? ਜਿੰਨਾ ਸਮਿਆਂ ਵਿੱਚੋਂ ਆਪਾਂ ਲੰਘ ਰਹੇ ਹਾਂ ਇੱਥੇ ਹਰ ਇੱਕ ਨੂੰ ਕੁਰਬਾਨੀ ਦੇਣੀ ਪੈਂਦੀ ਹੈ। ਸਿਪਾਹੀ ਨੇ ਬੀਬੀ ਨੂੰ ਸਮਝਾਇਆ, ਸ਼ੇਰੇ ਨੇ ਤੇਰਾ ਜਨਮ ਸਫਲਾ ਕਰ ਦਿੱਤਾ, ਤੂੰ ਝੋਰਾ ਕਿਉਂ ਲਾਈ ਬੈਠੀ ਹੈ? ਤੇਰੇ ਵਰਗੀਆਂ ਮਾਵਾਂ ਦੇ ਤਾਂ ਕਿੱਸੇ ਲਿਖਦੇ ਨੇ ਕਵੀਸ਼ਰ ਲੋਕ, ਥਾਂ ਥਾਂ ਗਾਉਂਦੇ ਨੇ। ਤੈਨੂੰ ਖੁਸ਼ ਹੋਣਾ ਚਾਹੀਦਾ। ਪਤਾ ਨਹੀਂ ਤੈਂ ਪਿਛਲੇ ਜਨਮ ਵਿੱਚ ਕਿਹੜੇ ਮੋਤੀ ਪੁੰਨ ਕੀਤੇ ਹੋਣਗੇ। ਉਹ ਇੱਦਾਂ ਗੱਲਾਂ ਕਰ ਰਿਹਾ ਸੀ ਜਿਵੇਂ ਮਨੋਂ ਬੋਲ ਰਿਹਾ ਹੋਵੇ। ਵਰਦੀ ਵਾਲੇ ਦੇ ਬੋਲਾਂ ਨੇ ਬੀਬੀ ਚਰਨੋਂ ਦਾ ਰੰਗ ਢੰਗ ਬਦਲ ਕੇ ਰੱਖ ਦਿੱਤਾ। ਜਿਸ ਲਈ ਬੈਠਣਾ ਦੁੱਬਰ ਸੀ ਉਹ ਉੱਠ ਕੇ ਖੜ੍ਹੀ ਹੋ ਗਈ। ਹੁਣ ਉਸਦਾ ਕੱਦ ਵਰਦੀ ਵਾਲੇ ਗੱਭਰੂ ਨਾਲੋਂ ਵੀ ਵੱਡਾ ਲੱਗ ਰਿਹਾ ਸੀ। ਉਸਨੂੰ ਪਿੱਪਲ ਦੀ ਛਾਂ ਤੋਂ ਵੀ ਨਿੱਘ ਆਉਣ ਲੱਗਿਆ ਸੀ। ਕਚਹਿਰੀਆਂ ਵਿਚਲੀਆਂ ਟਾਈਪ ਦੀਆਂ ਮਸ਼ੀਨਾਂ ਦੀ ਟਿਕ ਟਿਕ ਵੀ ਕੰਨਾਂ ਵਿੱਚ ਬਦਾਣਾ ਵਾਂਗ ਵੱਜਣ ਦੀ ਥਾਂ ਮਿੱਠਾ ਅਤੇ ਮਧੁਰ ਸੰਗੀਤ ਪੈਦਾ ਕਰਦੀ ਜਾਪੀ। ਕੌਣ ਕਹਿੰਦਾ ਸੀ ਕਿ ਉਸਦਾ ਪੁੱਤਰ ਤਸੀਹੇ ਸਹਿ ਰਿਹਾ ਸੀ? ਉਹ ਤਾਂ ਸ਼ਹੀਦੀ ਪਾ ਰਿਹਾ ਸੀ। ਜਿਨ੍ਹਾਂ ਸੋਚਾਂ ਨੇ ਬੀਬੀ ਦੀ 20 ਵਰੇ ਉਮਰ ਘਟਾਈ ਸੀ, ਵਰਦੀ ਵਾਲੇ ਦੇ ਬੋਲਾਂ ਨੇ ਉਸਨੂੰ 2 ਵਰੇ ਵਾਪਸ ਕਰ ਦਿੱਤੇ ਸਨ। ਬੀਬੀ ਚਰਨੋਂ ਦੇ ਚਿਹਰੇ ਦੀਆਂ ਝੁਰੜੀਆਂ ਸਾਫ਼ ਹੋ ਗਈਆਂ ਸਨ। ਹੁਣ ਉਸਦੇ ਚਿਹਰੇ ਉੱਤੇ 25 ਵਰੇ ਪਹਿਲਾਂ ਵਾਲੀ ਸੇਮ ਉਹੀ ਰੌਣਕ ਸੀ ਜਦੋਂ ਉਸਨੇ ਸ਼ੇਰੇ ਨੂੰ ਜਨਮ ਦਿੱਤਾ ਸੀ, ਉਹੀ ਉਹ ਜਵਾਨੀ ਵਾਲਾ ਜਲ ਜਲੋ ਅਤੇ ਉਹੀ ਉਹ ਤਾਣ।